ਪੰਜਾਬ ਦੇ ਜਲੰਧਰ 'ਚ ਸਭ ਤੋਂ ਪੌਸ਼ ਏਰੀਆ ਮਾਡਲ ਟਾਊਨ 'ਚ ਸਥਿਤ ਮਸ਼ਹੂਰ ਬਿੱਟੂ ਪਰਦੇਸੀ ਰੈਸਟੋਰੈਂਟ ਉੱਤੇ ਸ਼ਨੀਵਾਰ ਦੇਰ ਰਾਤ ਇੱਕ ਗਾਹਕ ਨੇ ਜੰਮ ਕੇ ਹੰਗਾਮਾ ਕੀਤਾ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹੋਈ ਸੀ। ਗਾਹਕ ਨੇ ਇਲਜ਼ਾਮ ਲਗਾਏ ਸਨ ਕਿ ਬਿੱਟੂ ਪਰਦੇਸੀ ਰੈਸਟੋਰੈਂਟ 'ਚੋਂ ਉਸਨੇ ਭੱਲਾ ਚਾਟ ਖਰੀਦੀ ਸੀ, ਜਿਸ ਵਿੱਚੋਂ ਛਿਪਕਲੀ ਮਿਲੀ ਸੀ। ਛਿਪਕਲੀ ਮਿਲਣ ਤੋਂ ਬਾਅਦ ਜਦੋਂ ਉਹ ਰੈਸਟੋਰੈਂਟ ਮਾਲਕ ਕੋਲ ਪਹੁੰਚਿਆ, ਉਸਨੇ ਇਸਦੀ ਸ਼ਿਕਾਇਤ ਕੀਤੀ, ਪਰ ਉਸਦੀ ਸ਼ਿਕਾਇਤ ਸੁਣਨ ਦੀ ਬਜਾਏ ਦੁਕਾਨਦਾਰ ਅਤੇ ਉਸਦੇ ਮੁਲਾਜ਼ਮ ਦੁਕਾਨ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਗਏ। ਉੱਥੇ ਹੀ ਸਿਹਤ ਵਿਭਾਗ ਵੱਲੋਂ ਇਸ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਦੁਕਾਨ 'ਚ ਸੈਂਪਲ ਭਰੇ ਗਏ। ਤੁਹਾਨੂੰ ਦੱਸ ਦਈਏ ਕਿ ਬਿੱਟੂ ਪਰਦੇਸੀ ਰੈਸਟੋਰੈਂਟ ਵਿੱਚੋਂ ਭੱਲਾ ਚਾਟ 'ਚੋਂ ਜਿਹੜੀ ਚਟਨੀ ਮਿਲਦੀ ਹੈ, ਉਸਦੇ ਵਿੱਚੋਂ ਛਿਪਕਲੀ ਮਿਲੀ ਸੀ। ਇਸ ਚਟਨੀ ਦੇ ਸੈਂਪਲ ਭਰ ਲਏ ਗਏ ਨੇ। ਇਹ ਸੈਂਪਲ ਅੱਗੋਂ ਜਾਂਚ ਲਈ ਭੇਜੇ ਜਾਣਗੇ, ਜਿਸ ਵਿੱਚ ਪਤਾ ਲਗਾਇਆ ਜਾਏਗਾ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਗਾਹਕ ਵੱਲੋਂ ਇਸਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਸ਼ਿਕਾਇਤ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪਰਿਵਾਰ ਨੇ ਇਲਜ਼ਾਮ ਲਾਇਆ ਸੀ ਕਿ ਜਦੋਂ ਉਹ ਸ਼ਿਕਾਇਤ ਲੈ ਕੇ ਰੈਸਟੋਰੈਂਟ ਪਹੁੰਚੇ ਸੀ, ਤਾਂ ਮਾਲਕ ਅਤੇ ਮੁਲਾਜ਼ਮ ਤੁਰੰਤ ਦੁਕਾਨ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਗਏ ਸਨ। ਜਲੰਧਰ ਦੇ ਰਹਿਣ ਵਾਲੇ ਗਾਹਕ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਉਹ ਦੁਕਾਨ ਉੱਤੇ ਆਪਣੀ ਸ਼ਿਕਾਇਤ ਦੱਸਣ ਜਾਂਦਾ ਹੈ, ਉਸਦੀ ਸ਼ਿਕਾਇਤ ਨੂੰ ਸੁਣਨ ਦੀ ਬਜਾਏ ਦੁਕਾਨਦਾਰ ਉਸਨੂੰ ਅਣਸੁਣਿਆ ਕਰ ਦਿੰਦਾ ਹੈ ਅਤੇ ਦੁਕਾਨ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਗਾਹਕ ਦਾ ਕਹਿਣਾ ਹੈ ਕਿ ਜੇ ਉਸਦੇ ਪਰਿਵਾਰ 'ਚੋਂ ਕੋਈ ਵੀ ਮੈਂਬਰ ਇਹ ਚਟਨੀ ਖਾ ਲੈਂਦਾ ਤਾਂ ਉਸ ਤੋਂ ਬਾਅਦ ਕੀ ਹੋਣਾ ਸੀ, ਇਹ ਤਾਂ ਉਸਨੂੰ ਵੀ ਨਹੀਂ ਪਤਾ। ਉੱਥੇ ਹੀ ਇਸ ਨੂੰ ਲੈ ਕੇ DFSC ਨਰਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਮੁਲਜ਼ਮਾਂ ਉੱਤੇ ਕਾਰਵਾਈ ਕਰੇਗੀ, ਜਿਸ ਤੋਂ ਬਾਅਦ ਇਹ ਸੈਂਪਲ ਭਰੇ ਗਏ ਨੇ। ਇਹ ਸੈਂਪਲ ਅੱਗੋਂ ਜਾਂਚ ਲਈ ਭੇਜੇ ਜਾਣਗੇ ਅਤੇ ਸੈਂਪਲ ਆਉਣ ਤੋਂ ਬਾਅਦ ਹੀ ਕੋਈ ਸਖ਼ਤ ਕਾਰਵਾਈ ਕੀਤੀ ਜਾਵੇ।